केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। जलंधर दी दिलकुशा मार्केट अते बस्ती नौ स्थित दीपक मेडिकल विच ड्रग विभाग दी टीम ने अज छापेमारी कीती। दिलकुशा मार्केट स्थित श्री राम मेडिकल विच छापेमारी कीती गई। ਜ਼ਿਕਰਯੋਗ ਹੈ ਕਿ ਬੀਤੀ ਰਾਤ ਥਾਣਾ ਨੰਬਰ 5 ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਤੋਂ ਪੁੱਛਗਿੱਛ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਨਸ਼ੀਲੀਆਂ ਗੋਲੀਆਂ ਦਿਲਕੁਸ਼ਾ ਮਾਰਕੀਟ ਸਥਿਤ ਸ਼੍ਰੀ ਰਾਮ ਮੈਡੀਕਲ ਤੋਂ ਖਰੀਦੀਆਂ ਸੀ। ਇਸ ਤੋਂ ਬਾਅਦ ਅੱਜ ਡਰੱਗ ਵਿਭਾਗ ਦੀ ਟੀਮ ਨੇ ਇਹ ਕਾਰਵਾਈ ਕੀਤੀ। ਜਲੰਧਰ ਤੋਂ ਰਵੀ ਗਿੱਲ ਅਤੇ ਜਵੇਸ਼ ਗਿੱਲ ਦੀ ਰਿਪੋਰਟ। ਅਤੇ ਪੁਲਿਸ ਪਾਰਟੀ ਦੇ ਨਾਲ ਇੰਸਪੈਕਸ਼ਨਸ ਕੀਤੀਆਂ ਨੇ। ਮਾਮਲਾ ਇਹ ਸੀ, ਕੱਲ੍ਹ ਪੁਲਿਸ ਸਟੇਸ਼ਨ ਡਿਵੀਜ਼ਨ 5 ਨੰਬਰ ਦੇ SHO ਸਾਹਮਣੇ ਇੱਕ ਲੋਕੇਸ਼ ਨਾਮ ਦੇ ਮੁੰਡੇ ਦੀ ਸਰਚ ਕੀਤੀ ਬਬਰੀਕ ਚੌਂਕ ਦੇ ਲਾਗੇ, ਅਤੇ ਉੱਥੋਂ ਐਲਬ੍ਰੈਕਸ ਅਰਾਊਂਡ 500 ਟੈਬਲੇਟਸ ਜਿਹੜੀਆਂ ਰਿਕਵਰ ਕੀਤੀਆਂ। ਉਸ ਬਿਹਾਫ 'ਤੇ ਅੱਜ ਉਹਨਾਂ ਨੇ ਸਾਨੂੰ ਕਾਲ ਕੀਤਾ ਕਿ ਉਸ ਬੰਦੇ ਨੇ ਜਿਹਦਾ ਨਾਮ ਡਿਸਕਲੋਜ਼ ਕੀਤਾ ਹੈ ਉਹਦਾ ਸ਼ੌਪ 'ਤੇ ਅਸੀਂ ਸਰਚ ਕੀਤੀ। ਪਹਿਲਾਂ ਅਸੀਂ ਦੀਪਕ ਮੈਡੀਕੋਜ਼ ਬਸਤੀ ਸ਼ੇਖ ਰੋਡ ਦੀ ਇੰਸਪੈਕਸ਼ਨ ਕੀਤੀ। ਇੰਸਪੈਕਸ਼ਨ ਦੌਰਾਨ ਸਾਨੂੰ ਕੋਈ ਨਾਰਕੋਟਿਕ ਉੱਥੇ ਨਹੀਂ ਮਿਲੇ, ਠੀਕ ਹੈ ਜੀ। ਉਸ ਤੋਂ ਬਾਅਦ ਉੱਥੇ ਲੜਕਾ ਸੀ ਦੀਪਕ ਗੁੰਬਰ, ਉਹਨੇ ਨਾਮ ਡਿਸਕਲੋਜ਼ ਕੀਤਾ ਸੀ ਕਿ ਮੈਂ ਅਰੋੜਾ ਸੋਰੀ ਸ਼੍ਰੀ ਰਾਮ ਮੈਡੀਕੋਜ਼ ਦਿਲਕੁਸ਼ਾ ਮਾਰਕੀਟ ਤੋਂ ਇਹ ਜੋ ਮੈਡੀਸਨ ਹੈ ਪਰਚੇਜ਼ ਕੀਤੀ ਸੀ। ਉਸ ਤੋਂ ਬਾਅਦ ਅਸੀਂ ਦਿਲਕੁਸ਼ਾ ਮਾਰਕੀਟ ਵਿੱਚ ਸ਼੍ਰੀ ਰਾਮ ਮੈਡੀਕੋਜ਼ ਦੀ ਸ਼ੋਪ ਇੰਸਪੈਕਸ਼ਨ ਕੀਤੀ ਅਤੇ ਗਡਾਊਨ ਵੀ ਚੈੱਕ ਕੀਤਾ, ਬਟ ਸਾਨੂੰ ਇੱਥੋਂ ਵੀ ਕੋਈ ਨਾਰਕੋਟਿਕਸ ਜਾਂ ਸਾਈਕੋਟ੍ਰੋਪਿਕਸ ਸ਼ੋਪ ਤੋਂ ਰਿਕਵਰ ਨਹੀਂ। ਮੈਮ, ਜਿਹੜਾ ਲੜਕਾ ਰਾਊਂਡਅਪ ਕੀਤਾ ਉਹਨੇ ਐਗਜੈਕਟ ਨਾਮ ਦੱਸਿਆ ਇੱਥੋਂ ਦਾ? ਹਾਂਜੀ, ਉਹਨੇ ਜਿਹੜਾ ਲੜਕਾ ਫੜਿਆ ਸੀ ਦੀਪਕ, ਉਹਨੇ ਇਹਨਾਂ ਦਾ ਨਾਮ ਡਿਸਕਲੋਜ਼ ਕੀਤਾ ਸੀ, ਬਟ ਸਾਨੂੰ ਇੰਸਪੈਕਸ਼ਨ ਦੇ ਦੌਰਾਨ ਕੋਈ ਇਸ ਤਰੀਕੇ ਦੀ ਮੈਡੀਸਿਨ ਕੋਈ ਰਿਕਵਰ ਨਹੀਂ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के PD न्यूज, हक सच और इंसाफ की आवाज़ आपको रखे सबसे आगे।